ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਪਕਸ਼ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਖਿਲਾਫ ਨਸ਼ੇ ਤਸਕਰੀ ਦੇ ਲੱਗੇ ਇਲਜ਼ਾਮਾਂ ਸੰਬੰਧੀ ਜਾਰੀ ਹੋਈ ਸਮਨਾਂ ਤੇ ਪਾਈ ਗਈ ਪਟੀਸ਼ਨ ਨੂੰ ਹਾਈ ਕੋਰਟ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆ ਗਏ ਨੇ। ਇਸੇ ਦੇ ਚੱਲਦਾ ਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਵਰਕਰਾਂ ਨੇ ਸੁਖਪਾਲ ਸਿੰਘ ਖਹਿਰਾ ਦਾ ਪੁਤਲਾ ਫੂਕ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਅੱਜ ਅਸੀਂ ਜੋ ਪੰਜਾਬ ਦੇ ਵਿੱਚ ਸਭ ਤੋਂ ਇਮਾਨਦਾਰ ਪਾਰਟੀ ਕਹਾਉਂਦੀ ਹੈ, ਜਿਹਦਾ ਵਿਰੋਧੀ ਧਿਰ ਦਾ ਨੇਤਾ ਸੁਖਪਾਲ ਸਿੰਘ ਖਹਿਰਾ, ਉਹਨੂੰ ਕੋਰਟ ਵੱਲੋਂ ਸੰਮਣ ਜਾਰੀ ਹੋਏ ਨੇ ਕਿ ਉਹਨੇ ਪਿਛਲੇ ਸਮੇਂ ਦੇ ਵਿੱਚ ਚਿੱਟੇ ਦਾ ਵਪਾਰ ਕੀਤਾ। ਜਿਹੜੀ ਇਹ ਆਮ ਆਦਮੀ ਪਾਰਟੀ ਲੋਕਾਂ ਨੂੰ ਮੂਰਖ ਬਣਾਉਂਦੀ ਸੀ, ਬਹੁਤ ਲੰਮੇ ਸਮੇਂ ਤੋਂ ਇਮਾਨਦਾਰੀ ਦਾ ਢੰਡੋਰਾ ਪਿੱਟਦੀ ਸੀ, ਅੱਜ ਉਹਨਾਂ ਦੇ ਜਿਹੜੇ ਵਿਰੋਧੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਉਹਦਾ ਨਾਂ ਜਿਹੜਾ ਚਿੱਟੇ ਦੇ ਤਸਕਰਾਂ ਦੇ ਨਾਲ ਜੁੜਿਆ ਗਾ। ਸੋ ਅਸੀਂ ਕੋਰਟ ਨੇ ਵੀ ਕੋਰਟ 'ਚੋਂ ਸੰਮਣ ਹੋਏ ਨੇ, ਦੋਸ਼ੀ ਕਰਾਰ ਕੋਰਟ ਨੇ ਦਿੱਤਾ। ਅਸੀਂ ਯੂਥ ਅਕਾਲੀ ਦਲ ਵੱਲੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਉਹ ਆਪਣੇ ਵਿਰੋਧੀ ਧਿਰ ਦੇ ਨੇਤਾ ਤੋਂ ਅਸਤੀਫਾ ਦੇਵੇ ਅਤੇ ਕੇਜਰੀਵਾਲ ਨੂੰ ਅਤੇ ਸਾਡੇ ਇੱਥੋਂ ਦੇ ਜਿਹੜੇ ਭਗਵੰਤ ਮਾਨ ਆ ਉਹਨਾਂ ਨੂੰ ਕਲੀਅਰ ਕੱਟ ਕਰਨਾ ਚਾਹੀਦਾ ਕਿ ਇਹਨੂੰ ਪਾਰਟੀ ਦੇ ਵਿੱਚੋਂ ਕੱਢਣਾ, ਜਾਂ ਜਿਹੜੀ ਆ ਇਹ ਪਿਛਲੇ ਸਮੇਂ ਦੇ ਵਿੱਚ ਇਮਾਨਦਾਰੀ ਦਾ ਢੰਡੋਰਾ ਇਹਨਾਂ ਨੇ ਕੀਤਾ ਗਾ, ਉਹਦੇ ਖਿਲਾਫ਼ ਅਸੀਂ ਸੰਘਰਸ਼ ਜਿਹੜਾ ਕਰ ਰਹੇ ਹਾਂ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਅੱਜ ਉਹਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਣਾ ਚਾਹੀਦਾ, ਔਰ ਮੈਂ ਮੰਗ ਕਰਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਜਿਹੜਾ ਇਹ ਪਾਰਟੀ ਦਾ ਪ੍ਰਧਾਨ ਹੈ ਭਗਵੰਤ ਸਿੰਘ ਮਾਨ, ਇਹ ਇੱਕ ਵੀ ਸ਼ਬਦ ਸੁਖਪਾਲ ਖਹਿਰਾ ਦੇ ਖਿਲਾਫ਼ ਨਹੀਂ ਬੋਲਿਆ, ਨਾ ਹੀ ਦਿੱਲੀ ਦਾ ਮੁੱਖ ਮੰਤਰੀ ਜਿਹੜਾ ਇਹਨਾਂ ਦਾ ਨੈਸ਼ਨਲ ਪ੍ਰਧਾਨ ਹੈ ਉਹ ਇੱਕ ਸ਼ਬਦ ਵੀ ਇਹਨਾਂ ਦੇ ਖਿਲਾਫ਼ ਬੋਲਿਆ। ਔਰ ਅਸੀਂ ਇਹਨਾਂ ਦੋਨਾਂ ਤੋਂ ਮੰਗ ਕਰਦੇ ਹਾਂ ਕਿ ਵੋਟਾਂ ਦੇ ਵਿੱਚ ਐਡੇ ਵੱਡੇ ਦਗਮਜ਼ੇ ਮਾਰਨ ਵਾਲੇ ਇਹ ਲੋਕ ਭਲਾਈ ਦੀਆਂ ਗੱਲਾਂ ਕਰਨ ਵਾਲੇ ਲੋਕ ਅੱਜ ਕਿਉਂ ਪੂਛ ਦਵਾ ਕੇ ਬੈਠੇ ਨੇ, ਕਿਉਂ ਨਹੀਂ ਉਹਦੇ ਆਪਣੇ ਲੀਡਰ ਦੇ ਖਿਲਾਫ਼ ਕਿਉਂ ਨਹੀਂ ਉਹਨੂੰ ਬਰਖਾਸਤ ਕੀਤਾ ਜਾਂਦਾ। ਸੋ ਮੈਂ ਪੁਰਜ਼ੋਰ ਮੰਗ ਕਰਦਾ ਕਿ ਇਹੋ ਜਿਹੇ ਕਰਪਟ ਲੀਡਰ ਨੂੰ ਤੁਰੰਤ ਫਾਰਗ ਕਰਕੇ ਵਿਧਾਨ ਸਭਾ ਵਿੱਚ ਐਂਟਰ ਹੋਣ ਤੋਂ ਰੋਕਿਆ ਜਾਵੇ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ 2।